ਪੰਜਾਬ 'ਚ ਨਸ਼ਿਆਂ ਦਾ ਕਹਿਰ ਅਜੇ ਵੀ ਬਰਕਰਾਰ ਹੈ, ਜਿਸਦੀ ਇੱਕ ਤਾਜ਼ਾ ਤਸਵੀਰ ਸਾਹਮਣੇ ਆਈ ਹੈ ਜਦੋਂ ਇੱਕ ਸ਼ਖਸ ਓਵਰਡੋਜ਼ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਿਆ। ਇਸ ਸ਼ਖਸ ਦੇ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਗਿਆ ਸੀ, ਜਿਸਦੇ ਚੱਲਦੇ ਇਸ ਸ਼ਖਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਸਵੀਰਾਂ ਇਹ ਅਜਨਾਲਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਅਜਨਾਲਾ ਦੇ ਨਾਲ ਲੱਗਦੇ ITI ਰੋਡ 'ਤੇ ਸਥਿਤ ਸੂਏ ਦੇ ਕੰਢੇ ਇੱਕ ਅਣਪਛਾਤੇ ਸ਼ਖਸ ਦੀ ਲਾਸ਼ ਮਿਲੀ ਹੈ, ਜਿਸ ਦੀ ਓਵਰਡੋਜ਼ ਹੋਣ ਕਾਰਨ ਮੌਤ ਹੋ ਗਈ ਹੈ। ਉੱਥੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਜਨਾਲਾ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਮੌਕੇ 'ਤੇ ਅਜਨਾਲਾ ਦੇ SHO ਅਵਤਾਰ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਵੱਲੋਂ ਕਾਲ ਆਈ ਸੀ ਕਿ ਇੱਥੇ ਇੱਕ ਡੈੱਡ ਬਾਡੀ ਪਈ ਹੈ, ਅਤੇ ਜਦੋਂ ਉਹਨਾਂ ਵੱਲੋਂ ਮੌਕੇ 'ਤੇ ਆ ਕੇ ਵੇਖਿਆ ਗਿਆ ਅਤੇ ਇਸ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਸ਼ਨਾਖਤ ਤੋਂ ਬਾਅਦ ਪਤਾ ਲੱਗੇਗਾ ਕਿ ਆਖਿਰ ਇਹ ਸ਼ਖਸ ਕੌਣ ਹੈ ਅਤੇ ਕਿੱਥੋਂ ਦਾ ਰਹਿਣ ਵਾਲਾ ਹੈ। ਦੱਸਣਾ ਬਣਦਾ ਹੈ ਕਿ ਇਸ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਅਤੇ ਨਾ ਹੀ ਸੱਟ ਲੱਗਣ ਦਾ ਕੋਈ ਨਿਸ਼ਾਨ ਹੈ। ਇਹ ਅੱਜ ਪਤਾ ਲੱਗਾ ਸੀ ਆ ਸੂਏ ਦੇ ਲਾਗੇ ਇੱਕ ਡੈੱਡ ਬੋਡੀ ਪਈ ਆ ਅਣਪਛਾਤੀ, ਉੱਥੇ ਆਏ ਹਾਂ ਅਤੇ ਫਿਲਹਾਲ ਅਜੇ ਤੱਕ ਇਹਦਾ ਕੁਛ ਪਤਾ ਨਹੀਂ ਲੱਗਾ, ਇਹਦਾ ਪਤਾ ਕਰ ਰਹੇ ਹਾਂ ਐਡਰੈਸ ਵਗੈਰਾ ਅਤੇ ਉਸ ਤੋਂ ਬਾਅਦ ਜੋ ਕਾਰਵਾਈ ਕਰਾਂਗੇ। ਸੂਏ ਦੇ ਕੋਲੋਂ ਸਮੱਗਰੀ ਮਿਲੀ ਸਰ? ਨਹੀਂ, ਕੁਛ ਨਹੀਂ ਮਿਲਿਆ। ਇਹਦੇ ਸਕੂਟਰੀ ਲੱਗੇ ਇੱਕ ਐਕਟਿਵਾ ਖੜੀ ਸੀ, ਉਹਦੇ ਵਿੱਚ ਇੱਕ ਸਲਿੱਪ ਮਿਲੀ ਆ, ਉਹਦੇ ਆਧਾਰ 'ਤੇ ਅਸੀਂ ਐਡਰੈਸ ਦਾ ਪਤਾ ਕਰ ਰਹੇ ਹਾਂ। ਕੀ ਲੱਗਦਾ ਸਰ ਕੀ ਕਾਰਨ ਹੋ ਸਕਦਾ ਹੈ? ਫਿਲਹਾਲ ਤਾਂ ਕੁਛ ਨਹੀਂ ਕਹਿ ਸਕਦੇ ਜੀ, ਲਾਗੇ ਕੋਈ ਸੱਟ ਦਾ ਨਿਸ਼ਾਨ ਵੀ ਨਹੀਂ ਹੈਗਾ ਇਹਦੇ, ਅਤੇ ਬਾਕੀ ਪੋਸਟਮਾਰਟਮ ਕਰਵਾਂਗੇ ਜੀ, ਉਹਦੇ ਬਾਅਦ ਜੋ ਵੀ ਕਾਰਵਾਈ ਹੋਊਗਾ। ਕੋਈ ਤੇਜ਼ਧਾਰ ਹਥਿਆਰ ਮਿਲਿਆ? ਕੋਈ ਨਹੀਂ, ਕੁਛ ਨਹੀਂ ਮਿਲਿਆ ਜੀ ਇਸ ਤਰ੍ਹਾਂ ਦੀ।